एक जी स्लाओ दे वेच, स्लो च अजकल जो ब्याह करवाउन जांदे ना स्लो दे इलाके च बहुत फड़न जांदे आ। एक पाकिस्तानी व्यक्ति अखबार च भी शायद तुसीं देखिया होगा, वह जी ਵਿਆਹ ਦਾ ਹੋਣ ਵਾਲਾ ਹੀ ਸੀਗਾ, ਉਹ ਬਸ ਉਹ ਆਈ ਡੂ ਨਹੀਂ ਹੁੰਦਾ, ਉਹ ਕਹਿੰਦੇ ਹੁੰਦੇ ਡੂ ਯੂ ਟੇਕ ਦਾ ਬੋਟੀ ਟੂ ਬੀ ਯੋਰ ਬੋਟੀ ਐਂਡ ਦ ਮੈਨ ਟੂ ਬੀ ਯੋਰ ਪ੍ਰਾਹੁਣਾ, ਉਹ ਕਹਿੰਦੇ ਹੁੰਦੇ ਆਈ ਡੂ ਉਹ ਮੁੰਡੀਆਂ ਬਸ ਇੱਦਾਂ ਹੀ ਬਿਟਾਉਣ ਹੀ ਲੱਗੇ ਸੀਗੇ ਇੱਦਾਂ ਇੱਦਾਂ। ਉਹ ਇੱਥੇ ਇੱਕ ਮੁੰਡੀ ਗਾ ਗਈ ਸੀ ਹੈ ਨਾ, ਉਹ ਉੱਥੇ ਇਮੀਗ੍ਰੇਸ਼ਨ ਵਾਲੇ ਆ ਗਏ, ਉਹਨਾਂ ਨੇ ਬੰਦਾ ਚੱਕ ਲਿਆ, ਵਿੱਚ ਤੀਵੀਂ ਚੱਕ ਲਈ, ਇੱਕ ਵਿਚੋਲਾ ਜਿਹਾ ਗਿਆ ਸੀਗਾ ਉਹਨੂੰ ਵੀ ਚੱਕ ਲਿਆ, ਉਹ ਕਿਹਾ ਆ ਤੂੰ ਵੀ ਆ ਕਿ ਤੈਨੂੰ ਅਸੀਂ ਮੁੰਦੀ ਦਈਏ ਤਾਂ ਕੰਬਲ। ਅਤੇ ਵੀ ਉਹਦੇ ਵਿੱਚ ਤਿੰਨਾਂ ਨੂੰ ਫੜ ਕੇ ਪੁਲਿਸ ਨਾਲ ਵਿਆਹ ਕਰਨ ਲੱਗਾ ਸੀ। अच्छा देखो अपने बंदे पता नहीं जान के असी पागल बनते हैं या पता नहीं असी गोरियां नूं दिखा दें कि साडे को अकल है नहीं बाला। ब्याह करन गया आ, बचोला भी लैके गया, इंटरप्रेटर भी नाल लैके गया, बोटी ना बोलना ही नहीं आता सी कि मैं इंटरप्रेटर लै गया नाल उत्थे। तो फिर कहना, फिर कहना भाजी पता नहीं यार मैनू फड़ लिया, मैं शक जी करन लग पए। तो शक किदां नहीं करनी, तुसीं अपने ब्याह नूं बोटी नाल गल करन लई इंटरप्रेटर लैण लैके चलने आ। ਉੱਥੇ ਫਿਰ ਇਮੀਗ੍ਰੇਸ਼ਨ ਆਈ, ਉਹ ਕਹਿੰਦੇ ਹੁਣ ਤੈਨੂੰ ਤੇਰੀ ਭਾਸ਼ਾ ਅਸੀਂ ਸਮਝਾਉਂਦੇ ਤੈਨੂੰ ਜਿੱਦਾਂ ਤੁਸੀਂ ਸਮਝਣਾ ਆ। ਚਲੋ ਜੀ ਹੋ ਗਿਆ ਜੀ, ਹੁਣ ਇਹ ਅਰੈਸਟ, ਉਹਦੀ ਫੋਟੋ ਵੀ ਸੀਗੀ ਸਾਡੇ ਕੋਲ, ਕਿਤੇ ਦਿਖਾ ਲਾਂਗੇ ਤੁਹਾਨੂੰ ਬ੍ਰੇਕ ਤੋਂ ਬਾਅਦ, ਉਹਦੀ ਲਵਲੀ ਫੋਟੋ ਹੈਗੀ ਇੱਕ ਬੰਦੇ ਦੀ। ਚਲੋ ਜੀ ਇਹ ਤਾਂ ਜੀ ਹੋ ਗਿਆ ਮੇਰੇ ਵਹੁਟੀ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ। ਆਹ ਲਓ ਜੀ ਇੱਦਾਂ ਫੜਦੇ ਹੁੰਦੇ, ਆਹ ਦੇ ਰਜਿਸਟਰੀ ਆਫਿਸ 'ਤੇ ਆਹ ਬੰਦਾ ਸੀ, ਆਹ ਦੇ ਇਮੀਗ੍ਰੇਸ਼ਨ ਵਾਲੇ, ਉਹ ਦੇਖੋ ਸੂਟ ਪਾਇਆ ਨਾ, ਸੂਟ ਬੂਟ ਮੈਂ ਆਏ ਕਨਈਆ ਬੈਂਡ ਬਜਾਨੇ ਕੋ। ਉਹ ਦੇਖੋ ਜੀ ਆਹ ਦੇਖੋ ਦੋ ਬਰਾਤੀ ਆਏ ਵਾ, ਉਹਦੇ ਫੁੱਲ ਫੜੇ ਹੋ, ਫੁੱਲਾਂ ਵਾਲਾ ਹਾਰ ਉਹ ਦੇਖੋ ਬਣਾਉਣ ਲੱਗੇ ਹੁਣ ਜੀ। ਆਹ ਦੇਖੋ ਜੀ ਛੁਆਰਾ ਪੈਂਦਾ, ਕਰਮਾਈ ਹੋਣ ਲੱਗੀ ਇਹਦੀ। ਆਹ ਲਓ ਇੱਦਾਂ ਲੈ ਕੇ ਜਾਂਦੇ ਆ ਫਿਰ ਘੜੀਸ ਕੇ ਤੁਹਾਨੂੰ, ਨਾਲੇ ਫੋਟੋ ਖਿਚਾਉਂਦੇ ਆ, ਨਾਲੇ ਫਿਰ ਸਾਡੇ ਵਰਗੇ ਫਿਰ ਲਾ ਦਿੰਦੇ ਟੀ ਵੀ 'ਤੇ ਕਿ ਜੀ ਦੇਖੋ। ਪਹਿਲਾਂ ਹੀ ਨਾ ਗਲਤ ਕੰਮ ਕਰੋ ਮੇਰੇ ਵੀਰੋ, ਜੇ ਸਹੀ ਵਿਆਹ ਕਰਾਉਣਾ ਤਾਂ ਕਰਾਓ, ਇਹ ਜਿਹੜੇ ਦੋ ਨੰਬਰ ਦੇ ਵਿਆਹ ਤੁਸੀਂ ਕਰਾਉਣੇ ਆ ਇਹ ਛਾਪੇ ਪੈਣੇ ਹੀ ਪੈਣੇ ਆ। ਤਾਂ ਫਿਰ ਅਕਲ ਨਹੀਂ ਵਰਤਦੇ ਆਪਣੀ, ਤੁਸੀਂ ਆਪਣੇ ਵਿਆਹ 'ਤੇ ਇੰਟਰਪ੍ਰੈਟਰ ਲੈ ਕੇ ਜਾਂਦੇ ਆ ਕਿ ਅਗਲੇ ਨੇ ਸ਼ੱਕ ਕਰਨੀ ਆ ਨਾ। ਇਹ ਤਾਂ ਆਮ ਬੱਚੇ ਨੂੰ ਵੀ ਪਤਾ ਕਿ ਜੇ ਤੁਸੀਂ ਭਾਸ਼ਾ ਹੀ ਨਹੀਂ ਬੋਲ ਸਕੇ ਉਹਦੀ, ਅਤੇ ਹਾਂ ਤਾਂ ਉਹ ਅਗਲੀ ਕਹੀ ਜਾਵੇ ਆਈ ਡੂ ਡੂ ਯੂ ਟੇਕ ਦਿਸ ਵੂਮਨ ਔਰ ਮੈਨ ਟੂ ਬੀ ਯੋਰ ਹਸਬੈਂਡ, ਹੈਂ ਵਾਟ ਯੂ ਸੇ ਆਈ ਨੋ ਅੰਡਰਸਟੈਂਡ। ਤਾਂ ਫਿਰ ਅਗਲਾ ਕਹੋ ਕੋਈ ਗੱਲ ਨਹੀਂ, ਆ ਜਿਹੜੇ ਸਹੀ ਅੰਡਰਸਟੈਂਡ ਕਰਾਉਣ ਵਾਲੇ ਆ ਇਹ ਆ ਗਏ, ਤਾਂ ਇਹ ਤੁਹਾਨੂੰ ਅੰਡਰਸਟੈਂਡ ਕਰਾਉਗੇ। ਆਹ ਦੇਖ ਲਓ ਇੱਦਾਂ ਵੇ ਫੜ ਕੇ ਲੈ ਕੇ ਜਾਂਦੇ ਆ, ਪਹਿਲਾਂ ਹੀ ਨਾ ਪੁੱਠੇ ਕੰਮ ਕਰੋ ਜੀ, ਆ ਸਿੱਧੀ ਜੀ ਗੱਲ ਆ। ਸਲੋਅ 'ਚ ਬਹੁਤ ਫੜ ਫੜਈਏ ਹੁੰਦੇ ਆ, ਸਾਡੇ ਹੰਸਲੋ ਵੀ ਬਹੁਤ ਫੜ ਫੜਈਏ ਹੁੰਦੇ ਆ। ਸੋ ਇਹ ਦੋ ਇਲਾਕਿਆਂ 'ਚ ਤਾਂ ਐਨ ਮੈਰਿਜ ਰਜਿਸਟਰਾਰ ਐਨ ਚੁਸਤੇ ਆ ਵੀ ਦਾਤ ਦੇਣੀ ਪੈਂਦੀ, ਉਹ ਨਹੀਂ ਲੰਘਣ ਦੇ ਕਿਸੇ ਨੂੰ, ਬਿਰਲਾ ਬਿਰਲਾ ਲੰਘ ਜਾਂਦਾ ਉਹਦੇ 'ਚੋਂ। ਪਰ ਇਹ ਜੋ ਜਿੱਥੇ ਜ਼ਿਆਦਾ ਆਪਣੇ ਬੰਦੇ ਆ, ਅੱਛਾ ਫਿਰ ਤੁਹਾਨੂੰ ਪਤਾ ਕੀ ਸਲਾਹ ਮਿਲੂਗੀ, ਸਲਾਹ ਪਤਾ ਲੋਕ ਕੀ ਕਹੂਗੇ, ਤੂੰ ਇੱਦਾਂ ਕਰ ਤੂੰ ਸਕੋਟਲੈਂਡ ਜਾ ਕੇ ਵਿਆਹ ਕਰਾਇਆ। ਉੱਥੇ ਨਹੀਂ ਪੁੱਛਦੇ, ਜਿੰਨੇ ਸਕੋਟਲੈਂਡ ਫੜ ਫੜਾਈਏ ਹੁੰਦੇ ਆ ਸਭ ਤੋਂ ਜ਼ਿਆਦਾ, ਉਹ ਸਾਊਥ ਵੱਲ ਤੋਂ ਸਲੋਅ ਨੂੰ ਰਾਮ ਲਾ ਕੇ ਜ਼ਿਆਦਾ ਉੱਥੇ ਫੜ ਫੜਾਈਏ ਹੁੰਦੇ ਆ, ਕਿਉਂਕਿ ਉਹ ਦੇਖਦੇ ਆ ਕਿ ਤੁਸੀਂ ਆਪਣੇ ਇਲਾਕੇ 'ਚੋਂ ਬਾਹਰ ਆ ਕੇ ਇੱਥੇ ਸਕੋਟਲੈਂਡ ਕੀ ਕਰਨਾ ਹੈ ਵਿਆਹ ਕਰਨ ਲਈ, ਉਹ ਵੀ ਤੁਸੀਂ ਇਲੀਗਲ ਇਮੀਗ੍ਰੈਂਟ ਆ। ਉਹ ਤਕਰੀਬਨ ਉਹਨਾਂ ਨੇ ਦਫ਼ਤਰ ਵੀ ਲੱਗ ਗਏ ਇਮੀਗ੍ਰੇਸ਼ਨ ਦਾ ਵਿਆਹ ਵਾਲੇ 'ਤੇ, ਉਹ ਤੁਹਾਨੂੰ ਬਾਹਲਾ ਟਾਈਮ ਵੇਸਟ ਨਹੀਂ ਕਰਦੇ, ਉਹ 10 ਕੁ ਮਿੰਟ ਪਹਿਲਾਂ ਹੀ ਕਰ ਦਿੰਦੇ ਨਾ, ਤਾਂ ਤੁਸੀਂ ਤਾਂ ਤੁਹਾਡੇ ਹਾਲੇ ਤੁਸੀਂ ਸੂਟ ਜਾਂ ਝਾੜਦੇ ਝੂੜਦੇ ਹੀ ਹੁੰਦੇ ਆ, ਉਹ ਆ ਜਾਂਦੇ ਪਹੁੰਚ ਦਿੰਦੇ ਆ। ਸੋ ਸਕੋਟਲੈਂਡ ਜਿੰਨੇ ਆਪਣੇ ਬੰਦੇ ਫੜ ਹੋਏ ਆ, ਬਹੁਤ ਫੜ ਹੋਏ ਆ ਉਹਦੇ ਵਿੱਚ। ਉਹਦੇ ਵਿੱਚ ਦੂਆ ਡਿਟੈਂਸ਼ਨ ਸੈਂਟਰ ਵੀ ਲੱਗ ਗਿਆ ਡੰਗੇਵਲ, ਇੱਕ ਜਗ੍ਹਾ ਹੈਗਾ ਸਕੋਟਲੈਂਡ ਸੈਪਰੇਟ ਬਣਾਇਆ, ਜਿਹੜੇ ਮੇਰੇ ਵੀਰ ਜਾਏ ਉੱਥੇ ਉਹਨਾਂ ਨੂੰ ਪਤਾ ਹੀ ਆ, ਉਹ ਦੱਸੂਗੇ ਕਿ ਹਾਂਜੀ ਭਾਜੀ ਉੱਥੇ ਹੈਗਾ, ਉਹ ਹੈਗਾ ਵੀ ਜੇ ਲੰਗਰ ਸਟ੍ਰਿਕਟ ਡੈਨ ਹੈ ਡੋਂਗਖਾਸਟ ਕੋਲ ਲਿੰਡਹਨ। ਜਦੋਂ ਅਸੀਂ ਜਾਈਦਾ ਸੀਗਾ ਉੱਥੇ ਮੁੰਡੇ ਛਡਾਉਣ, ਪੁਰਾਣੇ ਟਾਈਮਾਂ 'ਚ ਤੋਂ ਦੇਖੀਦਾ ਹੁੰਦਾ ਸੀ, ਉਹ ਤਾਂ ਉੱਥੇ ਔਖਾ ਆ, ਕੈਂਬਰੇਜ ਵਾਲਾ ਆਕਸਫੋਰਡ ਵਾਲਾ ਤਾਂ ਕੁਛ ਵੀ ਨਹੀਂ ਉਹਨਾਂ ਦੇ ਮੁਤਾਬਕ। ਸੋ ਇਹਦੇ ਵਿੱਚ ਪੁੱਠਾ ਕੰਮ ਨਾ ਕਰੋ ਜੀ, ਤੁਸੀਂ ਵਿਆਹ ਕਰਨਾ ਆਪਣਾ ਜੈਨੂਇਨ ਵਿਆਹ ਕਰ ਰਹੇ ਤੁਸੀਂ ਕਰਾ ਸਕਦੇ ਆ, ਪਰ ਜੇ ਤੁਸੀਂ ਬਲੇਟੈਂਟਲੀ ਦੋ ਨੰਬਰ ਦਾ ਵਿਆਹ ਕਰਨਾ ਤਾਂ ਫੜ ਫੜਈਏ ਤਾਂ ਹੋਣਾ ਹੀ ਆ। ਸੋ ਉਹਦੇ ਵਿੱਚ ਜੇ ਤੁਸੀਂ ਵਿਆਹ ਕਰਨਾ, ਇੱਕ ਤੁਸੀਂ ਬਿਨਾਂ ਸਲਾਹ ਕਰ ਤੋਂ ਚਲ ਜਾਂਦੇ ਆ ਵਿਆਹ ਕਰਨ, ਬਿਨਾਂ ਸਲਾਹ ਲੈ ਕੇ ਤੁਸੀਂ ਵਿਆਹ ਕਰਨ ਚਲ ਜਾਂਦੇ, ਸਲਾਹ ਵੀ ਕਿਹਦੀ ਲੈ ਕੇ ਜਾਂਦੇ, ਕਿਸੇ ਪੁੱਠੇ ਬੰਦੇ ਦੀ ਜਿਹੜਾ ਤੁਹਾਨੂੰ ਪੁੱਠਾ ਸਲਾਹ ਦਿਉ। ਮੈਂ ਤੁਹਾਨੂੰ ਗੱਲ ਦੱਸਦਾ ਕਿ ਇਸ ਹਫ਼ਤੇ ਹੀ ਹੋਇਆ, ਮੈਂ ਬੜਾ ਹੈਰਾਨ ਹੋਇਆ ਕਿ ਕੋਈ ਸਟੂਡੈਂਟਸ ਆਏ ਮੇਰੇ ਕੋਲ ਤਾਂ ਕਹਿੰਦੇ ਭਾਅ ਜੀ ਸਾਡੇ ਨਾਲ ਸਾਨੂੰ ਫੇਅਰ ਆ ਕਿ ਧੋਖਾ ਹੋ ਰਿਹਾ, ਉਹਨਾਂ ਨੇ ਕਾਲਜ ਦਾ ਨਾਂ ਲਿਆ ਬਰਮਿੰਗਮ ਦੇ ਇਲਾਕੇ ਵਿੱਚ ਅਤੇ ਉਹ ਵੀ ਆਪਣੇ ਬੰਦੇ ਚਲਾ ਰਹੇ ਆ, ਅਤੇ ਮੈਂ ਕਿਹਾ ਤੁਹਾਡੇ ਨਾਲ ਧੋਖਾ ਹੋ ਰਿਹਾ। ਫਿਰ ਉਹਨਾਂ ਦੀ ਅਸੀਂ ਇੰਟਰਨੈਟ 'ਤੇ ਸਰਚ ਕੀਤੀ ਤਾਂ ਫਿਰ ਪਤਾ ਕੀਤਾ ਜੀ ਕਿ ਜਿਹੜੇ ਬੰਦੇ ਕਹਿ ਰਹੇ ਸੀਗੇ ਕਿ ਅਸੀਂ ਤੁਹਾਨੂੰ ਸਟੂਡੈਂਟ ਵੀਜ਼ਾ 'ਚ ਦਵਾਵਾਂਗੇ, ਉਹਨਾਂ ਦੇ ਉੱਤੇ ਤਾਂ ਕੇਸ ਚੱਲਣ ਦਿਆ ਜਾਲੀ ਛੋਟ ਜਾਲੀ ਨੋਟ ਛਾਪਣ ਦਾ, ਉਹ ਪਿਛਲੇ ਹਫ਼ ਦੋ ਹਫ਼ਤੇ 'ਚ ਖਬਰ ਆਈ ਆ। ਸੋ ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ, ਪਰ ਉਹੀ ਬੰਦੇ ਹੁਣ ਕਹਿ ਰਹੇ ਕਿ ਜੀ ਅਸੀਂ ਤੁਹਾਨੂੰ ਸਟੂਡੈਂਟ ਦਵਾਵਾਂਗੇ, ਸਟੂਡੈਂਟ ਵੀਜ਼ਾ ਲਵਾਂਗੇ, ਮਤਲਬ ਪੈਸੇ ਇਕੱਠੇ ਕਰਨੇ ਹੁੰਦੀ ਦਾ ਕਿ ਹੁਣ ਅੰਦਰ ਜਾਣਾ ਹੈ ਜੋ ਵੀ ਆ, ਸ਼ਾਇਦ ਨਾ ਵੀ ਜਾਣ ਉਹ, ਇਹਦੇ ਵਿੱਚ ਕੁਛ ਕਹਿ ਨਹੀਂ ਸਕਦੇ, ਬਟ ਇਹਦੇ 'ਚ ਇਹ ਆ ਕਿ ਹਾਂ
ਇਹਦੇ 'ਤੇ ਹੋ ਰਿਹਾ ਫਰੋਡ ਜੀ ਕਾਫੀ ਬੰਦਿਆਂ ਨਾਲ। ਪਹਿਲਾਂ ਜੇ ਤੁਸੀਂ ਪੁੱਠੇ ਗਲਤ ਬੰਦਿਆਂ ਕੋਲ ਜਾਂਦੇ ਆ ਨਾ, ਅਗਲਿਆਂ ਨੇ ਤੁਹਾਨੂੰ ਫਸਾਉਣਾ ਹੀ ਫਸਾਉਣਾ। ਗਲਤ ਬੰਦੇ ਨੇ ਅੱਜ ਤੱਕ ਕਿਸੇ ਨੂੰ ਪੁੰਨ ਦਾ ਕੰਮ ਤਾਂ ਕੀਤਾ ਨਹੀਂ, ਉਹ ਕੰਮ ਤੁਹਾਡਾ ਖਰਾਬ ਹੀ ਕਰੋ। ਇਸ ਲਈ ਇੰਨੀ ਕੁ ਅਕਲ ਤੁਹਾਡੇ ਕੋਲ ਹੋਣੀ ਚਾਹੀਦੀ ਆ। ਇਹ ਇੰਡੀਆ ਨਹੀਂ ਇੱਥੇ ਕਿ ਕਿਸੇ ਨੂੰ ਕਾਗਜ਼ ਫੜਾ ਦਿੱਤੇ, ਉਹਨੂੰ ਸਾਰੇ ਕਾਗਜ਼ ਬਣਾ ਕੇ ਤੁਹਾਨੂੰ ਵੀਜ਼ਾ ਦੇ ਦਿੱਤਾ। ਇਹ ਹੈਗਾ ਸਿਸਟਮ ਚੱਲਦੀ ਆ ਹਰੇਕ ਚੀਜ਼, ਅਤੇ ਹਰੇਕ ਚੀਜ਼ 'ਚ ਇਹ ਆ। ਅਤੇ ਜਿਹੜਾ ਤੁਸੀਂ ਝੂਠ ਵੀ ਬੋਲਦਾ ਨਾ ਬੰਦਾ, ਹੁਣ ਦੇਖੋ ਜਦੋਂ ਵੀਜ਼ਾ ਰਿਫਿਊਜ਼ ਹੁੰਦਾ, ਓਵਰਸਟੇ ਹੁੰਦੇ, ਇਹ ਝੂਠ ਬੋਲਣਾ ਹੀ ਆ। ਕਿਸੇ ਨੂੰ ਕਹਿੰਦਾ ਦੱਸਦੇ ਹਾਂ ਕਿ ਜੀ ਅਸੀਂ ਕੱਚੇ ਹਾਂ, ਲਿਖਣ ਵਾਲੀ ਗੱਲ ਤਾਂ ਹੈ ਨਹੀਂ ਛਾਤੀ 'ਤੇ ਜਾਂ ਮੱਥੇ 'ਤੇ ਕਿ ਜੀ ਮੈਂ ਕੱਚਾ ਹਾਂ, ਜਾਂ ਫਿਰ ਅਸੀਂ ਝੂਠ ਬੋਲੂਗੇ ਕੁੜੀਆਂ ਵਾਲਿਆਂ ਨੂੰ, ਅਗਲਿਆਂ ਨੂੰ ਕਿ ਜੀ ਨਹੀਂ ਵੀਜ਼ਾ ਹੈਗਾ ਮੇਰੇ ਕੋਲ, ਵੀਜ਼ਾ ਹੈਗਾ ਜੀ, ਵੀਜ਼ਾ ਹੈਗਾ। ਉਹ ਪਤਾ ਤਾਂ ਮੋਹਰੇ ਵਾਲਿਆਂ ਨੂੰ ਵੀ ਹੁੰਦਾ ਕਿ ਕਿੰਨਾ ਕੁ ਵੀਜ਼ਾ ਹੈਗਾ ਕਿੰਨਾ ਕੁ ਨਹੀਂ। ਮਤਲਬ ਅਸੀਂ ਆਪਣਾ ਹੀ ਇੱਕ ਦੂਜੇ ਦੀ ਲੱਤਾਂ ਹੀ ਖਿੱਚ ਰਹੇ ਹਾਂ। ਇਹਦੇ ਵਿੱਚ ਕੋਈ ਬਾਹਲਾ ਮੈਨੂੰ ਅਕਲ ਵਾਲੀ ਗੱਲ ਜਾਂ ਸੈਂਸ ਵਾਲੀ ਗੱਲ ਨਹੀਂ ਇਹ ਦੀਦੀ। ਸਹੀ ਬੰਦਿਆਂ ਕੋਲ ਤੁਸੀਂ ਸਲਾਹ ਲਓ ਅਤੇ ਸਹੀ ਰਸਤੇ ਪਾਓ, ਇਹਦੇ ਵਿੱਚ ਇਸ ਨਾ ਪਾਓ ਕਿ ਫਿਰ ਜੇ ਤੁਸੀਂ ਜਾਣ ਬੁੱਝ ਕੇ ਹੋ ਕਿਸੇ ਕੋਲ ਕਹਿਣਾ ਜੀ ਮੇਰੇ ਕੋਲ ਗਲਤ ਕੰਮ ਕਰ, ਤਾਂ ਫਿਰ ਅਗਲੇ ਨੇ ਤਾਂ ਤੁਹਾਨੂੰ ਫਸਾ ਕੇ ਰਾਹ ਪੈਣਾ, ਤਾਂ ਤੁਸੀਂ ਕੁਛ ਕਰ ਵੀ ਨਹੀਂ ਸਕਦੇ ਉਹਦੇ ਬਾਬਤ। ਅਤੇ ਜੀ ਇਹਦੇ ਵਿੱਚ ਮੇਰੇ ਕੋਲ ਹੋਰ ਬੰਦੇ ਆਏ ਆ ਇਸ ਹਫ਼ਤੇ, ਅਤੇ ਤੁਹਾਨੂੰ ਵੀ ਈਮੇਲਾਂ ਆਉਣੀ ਹੁੰਦੀਆਂ, ਸਾਨੂੰ ਵੀ ਆਉਣੀ ਹੁੰਦੀਆਂ ਕਿ ਕਿਸੇ ਨੇ ਗਲਤ ਇਮੀਗ੍ਰੇਸ਼ਨ ਦਾ ਐਡਰੈਸ ਬਣਾ ਕੇ ਲੋਕਾਂ ਨੂੰ ਈਮੇਲਾਂ ਭੇਜੀ ਜਾਂਦਾ ਕਿ ਮੈਨੂੰ 140 ਪਾਊਂਡ ਭੇਜੋ, ਮੈਂ ਤੁਹਾਨੂੰ ਵਰਕ ਪਰਮਿਟ ਦੇ ਦੂੰਗਾ। ਉਹ ਮੈਨੂੰ ਖਿਆਲ ਹੁਣ 10,000 ਬੰਦਿਆਂ ਤੋਂ 140 ਪਾਊਂਡ ਇਕੱਠਾ ਕਰਕੇ ਹੁਣ 1,00,000 ਪਾਊਂਡ ਬਣਾ ਲਿਆ ਆਪਣਾ, ਤਾਂ ਉਹ ਜੀ ਹੁਣ ਰਾਹ ਪਿਆ। ਹੁਣ ਜੇ ਪੁੱਛੋ ਕਿ 140 ਪਾਊਂਡ ਨਾਲ ਬਿਨਾਂ ਦੇਖੇ ਤੁਹਾਨੂੰ ਇੰਟਰਨੈਟ 'ਤੇ ਵਰਕ ਪਰਮਿਟ ਮਿਲਣ ਲੱਗ ਪਏ, ਫਿਰ ਤਾਂ ਮੌਜਾਂ ਹੋਈਆਂ, ਫਿਰ ਤਾਂ ਲੱਗ ਪਏ। ਮਤਲਬ ਲੋਕਾਂ ਦਾ ਇੱਦਾਂ ਉੱਲੂ ਬਣਾ ਲਏ। ਕੋਈ ਈਮੇਲ ਭੇਜ ਰਿਹਾ ਜੀ ਕਿ ਤੁਹਾਡੀ ਲੋਟਰੀ ਨਿਕਲ ਗਈ, ਕਿ ਤੁਸੀਂ ਸਾਨੂੰ ਪੈਸੇ ਭੇਜੋ, ਪੈਸੇ ਭੇਜ ਦਿੰਦੇ ਆ, ਉਹਦੇ ਵਿੱਚ ਫਸਾ ਲੈਂਦੇ ਆ। ਸੋ ਇਹਦੇ ਵਿੱਚ ਮੈਂ ਤਾਂ ਤੁਹਾਨੂੰ ਹੁਣ ਇਹੀ ਕਹਿ ਸਕਦਾ ਕਿ ਜੀ ਗਲਤ ਕੰਮ ਕਰੋਗੇ ਤਾਂ ਉਹਦੇ ਨਤੀਜੇ ਗਲਤ ਹੋਊਗੇ, ਤੁਸੀਂ ਆਪ ਹੀ ਲੁੱਟ ਹੋਊਗੇ, ਆਪਣਾ ਨੁਕਸਾਨ ਹੁੰਦਾ। ਜਿਹੜਾ ਗਲਤ ਕੰਮ ਕਰਾ ਰਿਹਾ ਉਹਦਾ ਨਹੀਂ ਕੋਈ ਗਲਤ ਨੁਕਸਾਨ ਹੋਣਾ, ਉਹਨੂੰ ਤਾਂ ਪੈਸੇ ਲੈ ਕੇ ਰਾਹ ਪੈਣਾ, ਬਾਅਦ 'ਚ ਤੁਸੀਂ ਲੱਭੀ ਜਾਓ। ਤੁਸੀਂ ਸੁਣਿਆ ਹੀ ਸੀਗਾ ਪਿਛਲੇ ਹਫ਼ਤੇ ਕਿਸੇ ਨੇ ਕਿਹਾ ਸੀ ਕਿ ਵਕੀਲਾਂ ਦੇ ਪੁਲਿਸ ਆ ਗਈ ਵੀ ਫਾਈਲਾਂ ਚੱਕ ਕੇ ਲੈ ਗਈ ਕਿ ਵੀ ਆਹ ਫਿਰ ਆਹ ਕੰਮ ਹੁੰਦਾ ਹੈ, ਫਿਰ ਬਾਅਦ 'ਚ ਫਿਰ ਵਕੀਲ ਨਹੀਂ ਪੁਲਿਸ ਕੋਲ ਜਾਂਦੇ, ਫਿਰ ਪੁਲਿਸ ਵਕੀਲਾਂ ਕੋਲ ਜਾਂਦੀ ਹੈ ਕਿ ਦੇਖੀਏ ਕੀ ਹੈ। ਬਾਕੀ ਹਰੇਕ ਚੀਜ਼ ਦਾ ਤੁਹਾਨੂੰ ਜੋ ਤੁਹਾਨੂੰ ਕਹਿ ਰਿਹਾ ਕੋਈ, ਭਾਵੇਂ ਉਹ ਟੀ ਵੀ 'ਤੇ ਵੀ ਕਹਿ ਰਿਹਾ, ਹੁਣ ਕਈ ਵਕੀਲ ਵੀ ਆ ਟੀ ਵੀ 'ਤੇ ਆਉਂਦੇ, ਸਰਾਸਰ ਗਲਤ ਗੱਲ ਦੱਸਦੇ ਆ, ਸਰਾਸਰ ਗਲਤ ਗੱਲ ਦੱਸਦੇ ਆ, ਔਰ ਤੁਸੀਂ ਫਸ ਜਾਂਦੇ, ਫਿਰ ਫਸ ਕੇ ਫਿਰ ਬਾਅਦ 'ਚ ਆਉਂਦੇ ਆ ਕਿ ਭਾਜੀ ਉਹ ਮੈਨੂੰ ਫਸਾ ਲਿਆ ਕਿ ਇੱਦਾਂ ਕਰ ਲਿਆ। ਹੁਣ ਪ੍ਰੋਬਲਮ ਇਹ ਸੀ ਕਿ ਉਹ ਤਾਂ ਕਹਿੰਦਾ ਸੀ, ਅਸੀਂ ਸੋਚਿਆ ਠੀਕ ਕਹਿੰਦਾ ਸੀ, ਜਿਹੜਾ ਬੰਦਾ ਸੱਚ ਕਹਿੰਦਾ ਉਹਦੀ ਗੱਲ ਤਾਂ ਮੰਨੀ ਨਹੀਂ, ਤੁਸੀਂ ਉੱਧਰ ਭੱਜਦੇ, ਜਿਹੜਾ ਬੰਦਾ ਝੂਠ ਗੱਲ ਕਹਿੰਦਾ। ਸੋ ਉਹਦੇ ਵਿੱਚ ਤੁਹਾਡਾ ਨੁਕਸਾਨ ਹੋਣਾ ਹੀ ਹੋਣਾ ਹੈ। ਸੋ ਉਹਦੇ ਵਿੱਚ ਫਾਇਦਾ ਤਾਂ ਕੀ ਹੁੰਦਾ, ਨੁਕਸਾਨ ਵੀ ਹੁੰਦਾ ਕਿ ਪਾਸਪੋਰਟ ਵੀ ਜਾਂਦੇ ਲੱਗਦੇ ਆ, ਇਮੀਗ੍ਰੇਸ਼ਨ ਨੂੰ ਪਤਾ ਵੀ ਲੱਗ ਜਾਂਦਾ ਤੁਸੀਂ ਕਿੱਥੇ ਆ, ਅਤੇ ਬਾਅਦ 'ਚ ਫੈਮਿਲੀ ਵਾਲਾ ਬੰਦਾ ਤਾਂ ਕਿਤੇ ਨੱਠ ਭੱਜ ਵੀ ਨਹੀਂ ਸਕਦਾ। ਸੋ ਜੋ ਵੀ ਕਰਨਾ ਕਾਨੂੰਨ ਦੇਖ ਕੇ ਕਰ ਸਕਦੇ, ਇੰਟਰਨੈਟ ਅਵੇਲੇਬਲ ਹੈਗਾ, ਉੱਤੇ ਸਾਰਾ ਕਾਨੂੰਨ ਤੁਸੀਂ ਦੇਖ ਸਕਦੇ ਹਾਂ, ਕਿਸੇ ਦੀ ਗੱਲਾਂ 'ਚ ਆਉਣ ਦੀ ਜ਼ਰੂਰਤ ਹੈ ਨਹੀਂ ਇਹਦੇ ਵਿੱਚ। ਅੱਜ ਕੱਲ੍ਹ ਕਿਹੜਾ ਇਹ ਕੋਈ ਹੈ ਨਹੀਂ, ਮੀਡੀਆ ਦਾ ਟਾਈਮ ਆ, ਇੰਟਰਨੈਟ ਦਾ ਟਾਈਮ ਆ, ਤੁਸੀਂ ਇੰਟਰਨੈਟ 'ਤੇ ਜਾ ਕੇ ਸਰਚ ਕਰ ਸਕਦੇ ਹੋ, ਈਵਨ ਜੇ ਤੁਸੀਂ ਆਪ ਨਹੀਂ ਪੜ੍ਹੇ ਲਿਖੇ ਹੋ ਤੁਹਾਡੇ ਬੱਚੇ ਸਰਚ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਇਹ ਹੋ ਸਕਦੀਆਂ ਜੋ ਹੁੰਦੀਆਂ। ਚਲੋ ਹੁਣ ਅਸੀਂ ਜਾਂਦੇ ਹਾਂ ਕਾਲਰ ਵੱਲ, ਮੇਰਾ ਖਿਆਲ ਕਾਲਰ ਆ ਗਏ, ਕਾਫੀ ਚਿਰ ਤੋਂ ਮੈਂ ਵੇਟ ਕਰਾ ਰਿਹਾ, ਅਤੇ ਦੇਖੀਏ ਕੌਣ ਆ ਲਾਈਨ 'ਤੇ। ਹੈਲੋ ਹੈਲੋ ਹੈਲੋ, ਚਲੋ ਕਹਿੰਦੇ ਕਾਲਰ ਨਹੀਂ, ਮੇਰਾ ਖਿਆਲ ਪਹਿਲਾਂ ਬ੍ਰੇਕ ਵੱਲ ਹੀ ਚੱਲ ਜਾਂਦੇ ਹਾਂ, ਤਾਂ ਕਹਿੰਦੇ ਬ੍ਰੇਕ ਵੱਲ ਚੱਲ ਕੇ ਫਿਰ ਅਸੀਂ ਗੱਲਾਂ ਕਰਦੇ ਹਾਂ। ਚਲੋ ਜੀ ਮੈਂ ਹੁਣ ਲੈਂਦਾ ਬ੍ਰੇਕ, ਅਤੇ ਮੈਂ ਤੁਹਾਨੂੰ ਮਿਲਦਾ ਬ੍ਰੇਕ ਤੋਂ ਬਾਅਦ।